ਜਲੰਧਰ ਤੋਂ ਇੱਕ ਵੱਡੀ ਖਬਰ ਹੈ ਜਿਸ ਵਿੱਚ ਵੀਰਵਾਰ ਸਵੇਰੇ ਰੇਲਵੇ ਸਟੇਸ਼ਨ ਦੇ ਕੋਲ ਪੈਂਦੇ ਦਮੋਰੀਆ ਪੁਲ ਤੋਂ ਕੁੱਦ ਕੇ ਇੱਕ ਵਿਅਕਤੀ ਨੇ ਜਾਨ ਦੇ ਦਿੱਤੀ। ਫਿਲਹਾਲ ਮੌਕੇ ਤੇ ਪੁਲਿਸ ਪਹੁੰਚ ਗਈ ਹੈ। ਮ੍ਰਿਤਕ ਗੌਰਵ ਦੇ ਭਾਈ ਸੰਜੀਵ ਨੇ ਦੱਸਿਆ ਕਿ ਗੌਰਵ ਨਸ਼ੇ ਦੇ ਕੇਸ ਵਿੱਚ 10 ਸਾਲ ਦੀ ਕੈਦ ਕੱਟ ਰਿਹਾ ਸੀ ਅਤੇ ਪੈਰੋਲ ਤੇ ਆਇਆ ਸੀ ਅਤੇ ਬੁੱਧਵਾਰ ਨੂੰ ਗੌਰਵ ਦੀ ਪੈਰੋਲ ਦੀ ਅਵਧੀ ਖਤਮ ਹੋ ਗਈ ਸੀ। ਅੱਛਾ ਜੀ, ਕੀ ਕੰਮ ਕੀ ਕਰਦੇ ਸੀ? ਕਾਹਦੀ ਛੁੱਟੀ? ਕਾਹਦੀ? ਅੱਛਾ ਜੀ, ਕਿਹੜੇ ਥਾਣੇ 'ਚ ਹੋਈ ਹੈ? ਇਹਨਾਂ ਮੈਰਿਜ ਹੋਈ ਹੋਈ ਹੈ? ਕਿੰਨੇ ਬੱਚੇ ਆ? ਗੌਰਵ ਗੁਸਾਈ ਨਾਂ ਦਾ ਲੜਕਾ ਸੀਗਾ, ਉਮਰ ਕੋਈ 28-29 ਸਾਲ ਸੀਗੀ। ਇਹ NDPS ਐਕਟ ਦੇ ਮੁਕੱਦਮੇ 'ਚ ਸਜ਼ਾ ਕੱਟ ਰਿਹਾ ਸੀ 10 ਸਾਲ ਦੀ ਕਪੂਰਥਲਾ ਜੇਲ੍ਹ 'ਚ। 45 ਦਿਨ ਦੀ ਪੈਰੋਲ ਦੀ ਛੁੱਟੀ 'ਤੇ ਆਇਆ ਸੀਗਾ ਅਤੇ 4 ਤਰੀਕ ਨੂੰ ਇਹਦੀ ਸ਼ਾਮ ਨੂੰ ਵਾਪਸੀ ਸੀਗੀ ਕਪੂਰਥਲਾ ਜੇਲ੍ਹ ਦੀ। ਪਰ ਇਹ ਵਾਪਸ ਗਿਆ ਨਹੀਂ, 4 ਤਰੀਕ ਘਰੋਂ ਚੱਲੇ ਗਿਆ ਕਿ ਮੈਂ ਜੇਲ੍ਹ ਚੱਲਿਆ। ਅਤੇ ਅੱਜ ਪਤਾ ਲੱਗਿਆ ਕਿ ਉਹਨੇ ਦਮੋਰੀਆ ਪੁਲ ਤੋਂ ਉੱਪਰੋਂ ਛਾਲ ਮਾਰ ਕੇ ਸੁਸਾਈਡ ਕਰ ਲਿਆ। ਕੋਈ ਕਾਰਨ ਕੋਈ ਨਹੀਂ ਆਇਆ ਸਮਝ, ਉਹਦੇ ਵਾਪਸ ਜਾਣਾ ਸੀ ਜੇਲ੍ਹ, ਉਹਦੇ ਡਰ ਤੋਂ ਕਰ ਗਿਆ। ਜਲੰਧਰ ਤੋਂ ਜਤਿੰਦਰ ਸ਼ਰਮਾ ਦੀ ਰਿਪੋਰਟ, ਚੈਨਲ 2।